ਟਿੰਕੂ ਪੇਪਰ ਤਾਂ ਤੇਰਾ ਬਹੁਤ ਅੱਛਾ ਕੀਤਾ, ਬਹੁਤ ਚੰਗਾ ਬੱਚਾ ਤੂੰ, ਪਰ ਮੈਂ ਚਾਹੁੰਦੀ ਹਾਂ ਪੜ੍ਹਾਈ ਦੇ ਨਾਲ ਨਾਲ ਨਾ ਕੁਛ ਚੰਗੀਆਂ ਆਦਤਾਂ ਵੀ ਸਿੱਖ। ਜ਼ਿੰਦਗੀ 'ਚ ਪੜ੍ਹਾਈ ਨਹੀਂ ਕੰਮ ਆਉਂਦੀ, ਚੰਗੀ ਆਦਤਾਂ ਬਹੁਤ ਦੂਰ ਤੱਕ ਨਾਲ ਜਾਂਦੀਆਂ। ਹੁਣ ਜਿਵੇਂ ਕੋਈ ਵੱਡਾ ਮਿਲੇ ਉਹਨੂੰ ਸਤਿ ਸ਼੍ਰੀ ਅਕਾਲ ਕਰੋ, ਠੀਕ ਹੈ। ਜੇ ਤੁਸੀਂ ਬੈਠੇ ਹੋ ਕੋਈ ਖੜਾ ਹੈ ਉਹਨੂੰ ਆਪਣੀ ਸੀਟ ਦਿਓ, ਕੋਈ ਫਰਕ ਨਹੀਂ ਪੈਂਦਾ, ਵੱਡਿਆਂ ਤੋਂ ਆਸ਼ੀਰਵਾਦ ਲਈਦਾ। ਹਾਂ ਹੁਣ ਕੱਲ੍ਹ ਦੀ ਗੱਲ ਦੇਖ ਲਓ, ਅਸੀਂ ਦੋਨੋਂ ਬੱਸ 'ਚ ਜਦੋਂ ਸਕੂਲ ਆ ਰਹੇ ਸੀ ਮੈਂ ਖੜੀ ਸੀ ਅਤੇ ਤੂੰ ਬੈਠਾ ਸੀ, ਇਹ ਬੜੀ ਮਾੜੀ ਗੱਲ ਹੈ। ਜਦੋਂ ਕੋਈ ਵੱਡਾ ਹੋਵੇ ਉਹਨੂੰ ਬੈਠਣ ਲਈ ਆਪਣੀ ਸੀਟ ਦੇ ਦਿਓ, ਠੀਕ ਹੈ ਨਾ। ਟੀਚਰ ਤੁਹਾਡੇ ਕੋਲੋਂ ਵੱਡੀ ਹੈ ਨਾ, ਅੱਗੇ ਤੋਂ ਜਦੋਂ ਵੀ ਕੋਈ ਵੱਡਾ ਮਿਲੇ ਜਿੱਥੇ ਵੀ ਬੈਠੇ ਹੋ ਉਹਨੂੰ ਉੱਠ ਕੇ ਆਪਣੀ ਸੀਟ ਦਿਓ। ਮੈਂ ਅੱਗੇ ਤੋਂ ਧਿਆਨ ਰੱਖਾਂਗਾ, ਜੇ ਕੋਈ ਵੱਡਾ ਤੇ ਖੜਾ ਹੋਏਗਾ ਮੈਂ ਉਹਨੂੰ ਸੀਟ ਦੇ। ਬਹੁਤ ਅੱਛੀ ਬੱਚੀ, ਸ਼ਾਬਾਸ਼। ਮੈਡਮ ਤੁਸੀਂ ਆਓ ਬੈਠੋ, ਮਾਰਾਂਗੇ ਤੈਨੂੰ। ਮੈਮ ਤੁਸੀਂ ਤਾਂ ਕਿਹਾ ਸੀਗਾ ਜੇ ਕੋਈ ਵੱਡਾ ਦੇਖੇ ਉਹਨੂੰ ਆਪਣੀ ਸੀਟ ਦੇਣੀ ਚਾਹੀਦੀ ਹੈ।